ਕਹਿੰਦੇ ਵਿੱਚ ਜਗਰਾਵਾਂ ਦੇ ਲੱਗਦੀ ਰੋਸ਼ਨੀ ਭਾਰੀ। ਸੁਣਿਆ ਬੜੇ ਗੀਤਾਂ ਦੇ ਵਿੱਚ, ਬੜੀਆਂ ਬੋਲੀਆਂ ਦੇ ਵਿੱਚ ਇਹ ਸੁਣਿਆ, ਅਤੇ ਅੱਜ ਸਬੱਬ ਬਣਿਆ ਕਿ ਰੋਸ਼ਨੀ ਦੇ ਮੇਲੇ 'ਤੇ ਜਾ ਕੇ ਆਏ ਬਾਲ ਬੱਚੇ ਦੇ ਸਮੇਤ। ਅਤੇ ਪਹਿਲਾਂ ਤਾਂ ਆਪ ਹੀ ਗਏ ਸੀ ਵੇਖਣ, ਅਤੇ ਫਿਰ ਸੋਚਿਆ ਕਿ ਬਹੁਤ ਸਾਰੇ ਲੋਕ ਹੋਣਗੇ, ਬਹੁਤ ਸਾਰੇ ਸੱਜਣ ਹੋਣਗੇ ਜਿਨ੍ਹਾਂ ਨੇ ਜਗਰਾਉਣ ਦੀ ਰੋਸ਼ਨੀ ਬਾਰੇ ਸੁਣਿਆ ਵੀ ਹੋਊਗਾ ਪਰ ਵੇਖੀ ਨਹੀਂ ਹੋਣੀ, ਅਤੇ ਕਈ ਵੇਖਣਾ ਚਾਹੁੰਦੇ ਹੋਣਗੇ ਅਤੇ ਵੇਖਣ ਜਾ ਨਹੀਂ ਸਕੇ ਹੋਣੇ। ਇਸ ਕਰਕੇ ਫਿਰ ਅਸੀਂ ਕਿਹਾ ਵੀ ਆ ਜਾਓ, ਤੁਹਾਡਾ ਵੀ ਗੇੜਾ ਕਢਾ ਦਿੰਦੇ ਹਾਂ, ਆ ਜਾਓ ਆਪਾਂ ਵੇਖਦੇ ਹਾਂ ਰੋਸ਼ਨੀ ਦਾ ਮੇਲਾ। ਇੱਕ ਗੱਲ ਹੋਰ ਆ ਮਿੱਤਰੋ, ਜਿੰਨਾ ਵੀ ਮੇਲਾ ਤੁਸੀਂ ਦੇਖੋਗੇ ਨਾ, ਇਹ ਸਾਰਾ ਓਰਿਜਨਲ ਸਾਊਂਡ ਦੇ ਨਾਲ ਹੀ ਆ। ਜੋ ਚੀਕ ਚੰਗਿਆੜਾ ਪੈ ਰਿਹਾ, ਜੋ ਲੋਕ ਬੋਲ ਰਹੇ ਆ, ਉਹੀ ਸੁਣੋਗੇ ਬਾਈ, ਕੁਛ ਨਹੀਂ ਕੱਟਿਆ। ਭਾਵੇਂ ਕੋਈ ਗਾਲ ਕੱਢ ਦੇਵੇ, ਬੁਰਾ ਨਾ ਮੰਨਿਓ, ਤੁਹਾਨੂੰ ਓਰਿਜਨਲ ਮੇਲਾ ਦਿਖਾਉਣਾ, ਜੋ ਮੇਲੇ ਦੇ ਵਿੱਚ ਰੌਲਾ ਪੈਂਦਾ ਹੁੰਦਾ ਉਹੀ। ਸਰਗਸ ਦੀ ਗਰੀਬ ਆ ਜਾਏਗੀ, ਸਰਗਸ ਦਾ ਪਹਿਲੇ ਸੋ ਦਾ ਟਿਕਟ ਚਾਲੂ ਹੋ ਰਿਹਾ ਹੈ।
ਛੱਡ ਦੇ। ਪੇਸ਼ਕਸ਼ ਮੇਰੀ ਆ ਸਾਰੇ।